ਉਹ ਵੀ ਇੰਗਲੈਂਡ ਦੇ ਹਾਲ ਦੇਖ ਲਓ, ਕਹਿੰਦੇ ਮੁੰਡੇ ਨੂੰ ਰਹਿਣ ਨੂੰ ਰੂਮ ਨਹੀਂ ਮਿਲਦਾ ਪਿਆ, 8 ਮਹੀਨੇ ਹੋ ਗਿਆ ਅਤੇ ਮੁੰਡਾ ਬਹੁਤ ਟੈਂਸ਼ਨ ਵਿੱਚ ਆ, ਅਤੇ ਆਪਣਾ ਟੈਚੀ ਟੂਚੀ ਚੱਕ ਕੇ ਅਤੇ ਜੇ ਇੱਥੇ ਘੁੰਮੀ ਜਾਂਦਾ ਰੋਡ 'ਤੇ ਹੀ, ਅਤੇ ਅੰਮ੍ਰਿਤਸਰ ਟੂ ਬਰਮਿੰਘਮ ਇਹ ਮੁੰਡਾ ਆਇਆ ਸੀਗਾ ਅਤੇ 8 ਮਹੀਨੇ ਹੋ ਗਏ, ਅਤੇ ਜਿਹੜਾ ਵੀ ਇਹਨੂੰ ਰੂਮ ਦਵਾਵੇਗਾ ਬਹੁਤ ਧੰਨਵਾਦ ਹੋਊਗਾ ਯਾਰ ਇਹਦਾ। ਆਹ ਦੇਖ ਲਓ ਆਹ ਕਿੱਦਾਂ ਰੋਡ 'ਤੇ ਹੀ ਵਿਚਾਰੇ ਸਟੂਡੈਂਟ ਦਾ ਗੁਜ਼ਾਰਾ ਦੇਖ ਲਓ, ਆਹ ਦੇਖ ਲਓ ਕਿਸੇ ਦੀ ਹੈਲਪ ਮੰਗਦਾ ਪਿਆ ਰੂਮ ਵਾਸਤੇ, ਅਤੇ ਆਪਾਂ ਇਸ ਟਾਈਮ ਹੈਗੇ ਹਾਂ ਸਮੈਥਿਕ, ਅਤੇ ਜਿਹੜਾ ਵੀ ਇਹਨੂੰ ਰੂਮ ਦਵਾਊਗਾ ਅਤੇ ਬਹੁਤ ਥੈਂਕ ਯੂ ਹੋਊਗਾ ਉਹਦਾ। ਅਤੇ ਆਹ ਦੇਖ ਲਓ ਸਟੂਡੈਂਟ ਦੇ ਗੱਲਬਾਤ ਕਰਦੇ ਹਾਂ ਭਾਜੀ ਨਾਲ। ਹਾਂਜੀ ਭਾਜੀ ਕੀ ਹਾਲ ਆ ਜੀ, ਕਿੱਦਾਂ ਭਾਜੀ ਘਰ ਨਹੀਂ ਮਿਲਦਾ ਪਿਆ? ਨਹੀਂ ਭਾਜੀ ਰੈਂਟ ਦੇ ਰੈਂਟ ਦੇ ਪੈਸੇ ਹੈ ਨਹੀਂ ਅਤੇ ਹੁਣ ਰੋਡ 'ਤੇ ਆ ਗਏ ਹਾਂ, ਰੈਂਟ ਲੈਂਡ ਲੋਨ ਨੇ ਸਾਨੂੰ ਘਰੋਂ ਬਾਹਰ ਕੱਢਤਾ। ਲੋ ਦੇਖ ਲਓ ਜੀ ਲੈਂਡ ਲੋਨ ਨੇ ਬਾਹਰ ਕੱਢਤਾ ਅਤੇ ਰੋਡ 'ਤੇ ਆ ਗਏ ਆ, ਅਤੇ ਆਪਣਾ ਯਾਰ ਵੇਲੀ ਆ, ਅਤੇ ਹੁਣ ਆਪਾਂ ਵੀ ਹੈਲਪ ਕਰਦੇ ਇਹਦੀ, ਇਹਨੇ ਸਾਨੂੰ ਸੱਦਿਆ ਆ ਅਤੇ ਰੂਮ ਲੱਭ ਕੇ ਦਿੰਦੇ ਇਹਨੂੰ ਇੱਥੇ ਕਿਤੇ, ਅਤੇ ਇਹ ਹਾਲ ਆ। ਅਤੇ ਇੱਕ ਦਿਨ ਵੀ ਰੈਂਟ ਉੱਤੇ ਹੋ ਜਾਵੇ ਅਤੇ ਬਾਹਰ ਕੱਢ ਦਿੰਦੇ, ਅੱਜ 3 ਤਰੀਕ ਹੋਈ ਆ ਸਤੰਬਰ, ਅਤੇ ਇੱਕ ਨੂੰ ਰੈਂਟ ਜਾਂਦਾ ਅਤੇ 2 ਦਿਨ ਨਹੀਂ ਹੋਏ ਰੈਂਟ ਦਿੱਤੇ ਨੂੰ ਅਜੇ, ਅਤੇ ਉਹਨਾਂ ਨੇ ਚੱਕ ਕੇ ਬਾਹਰ ਮਾਰਿਆ, ਅਤੇ ਅੱਜ ਇਹਦਾ ਅੱਧਾ ਟੈਚੀ ਇਹਦੇ ਅਜੇ ਘਰੇ ਪਏ ਉਹ ਲਿਆਉਣ ਵਾਲੇ ਹੋਏ ਆ, ਅਤੇ ਇੱਦਾਂ ਦੇ ਹਾਲ ਹੋਏ ਆ ਸਟੂਡੈਂਟ ਦੇ। ਟੈਚੀ ਚੱਕ ਕੇ ਹੁਣ ਕਿਤੇ ਹੋਰ ਪਾਸੇ ਚੱਲੇ ਹਾਂ, ਕੋਈ ਹੈਲਪ ਹੀ ਕਰਦੇ, ਇੱਧਰ ਪਾਰਕ ਹੈਗੀ ਆ ਅਤੇ ਉੱਧਰ ਜਾ ਕੇ ਬਹਿੰਦੇ ਹਾਂ, ਅਤੇ ਆਹ ਦੇਖ ਲਓ ਕਿੱਦਾਂ ਹੈਲਪ ਮੰਗਦਾ ਮੁੰਡਾ ਵਿਚਾਰਾ, ਅਤੇ ਆਹ ਟੈਚੀ ਇਹਦਾ ਅਤੇ ਆਹ ਕੰਬਲ ਆ, ਇਹਨੇ ਸਾਨੂੰ ਦੱਸਿਆ ਵੀ ਹੈਂਡ ਮੌਕੇ 'ਤੇ, ਅਤੇ ਸਵੇਰੇ ਦੱਸਿਆ ਇਹਨੇ ਕਿ ਮੈਨੂੰ ਇੱਦਾਂ ਕਰਤਾ ਲੈਣ ਲਾਉਣ, ਨਹੀਂ ਤਾਂ ਆਪਾਂ ਇਹਦੀ ਹੈਲਪ ਕਰ ਦੇਣੀ ਸੀਗੀ। ਆਹ ਮੈਨੂੰ ਤਾਂ ਲੱਗਦਾ ਮੁੰਡੇ ਨੇ ਬਾਲ ਵੀ ਨਹੀਂ ਕਟਾਏ ਜਦੋਂ ਦਾ ਆਇਆ ਆ। ਬਾਈ ਬਾਲ ਕਟਾਏ ਆ? ਕਿੰਨੇ ਮਹੀਨੇ ਹੋ ਗਏ? 1 ਮਹੀਨਾ ਹੋ ਗਿਆ ਮੈਨੂੰ ਨਾ ਬਾਲ ਨਹੀਂ ਕਟਾਏ। 8 ਮਹੀਨੇ ਹੋ ਗਿਆ ਜੀ ਮੁੰਡੇ ਨੂੰ, ਪਰ ਅਜੇ ਬਾਲ ਨਹੀਂ ਕਟਾਏ, ਅਤੇ ਪੂਰਾ ਇਹ ਤਾਂ ਹੋਮਲੈਸ ਹੀ ਲੱਗਦਾ ਪਿਆ ਆ। ਪਹਿਲਾਂ ਫਿਲਹਾਲ ਇਹ ਤੋਂ ਘਰ ਸੀਗਾ ਪਰ ਹੁਣ ਹੈ ਨਹੀਂ ਗਾ ਘਰ, ਅਤੇ ਆਹ ਇਹਦਾ ਟੈਚੀ ਆ, ਅਤੇ ਆਪਾਂ ਵੀ ਕਰਦੇ ਹਾਂ ਹੁਣ ਇਹਦੀ ਹੈਲਪ ਜਿੰਨੀ ਸੱਤ ਹੋ ਸਕੀ, ਅਤੇ ਹੋਰ ਵੀ ਬਾਅਦ 'ਚ ਇਹਨਾਂ ਗੱਲਾਂ ਬਾਤਾਂ ਕਰਾਂਗੇ, 8 ਮਹੀਨੇ ਦਾ ਐਕਸਪੀਰੀਅੰਸ ਪੁੱਛਾਂਗੇ। ਅਤੇ ਆਏ ਕਿ ਇਹਨਾਂ ਦੇ ਆਹ ਮੂੰਹ 'ਤੇ ਸੱਟ ਲੱਗੀ ਸੀਗੀ, ਇਹਦਾ ਵੀ ਆਪਾਂ ਕਿੱਸਾ ਤੁਹਾਨੂੰ ਦੱਸਾਂਗੇ, ਅਤੇ ਇਹ ਵੀ ਬਹੁਤ ਕਹਿ ਲਓ ਕਿ ਇੰਸੀਡੈਂਟ ਹੋ ਗਿਆ ਸੀ ਮੁੰਡੇ ਨਾਲ, ਅਤੇ ਆਹ ਦੇਖ ਲਓ ਜਿੱਦਾਂ ਟੈਚੀ ਚੱਕ ਕੇ ਸ਼ਰਿਆਂ ਵੀ ਘੁੰਮਣਾ ਪੈਂਦਾ ਆ ਰੋਡ ਦੇ ਉੱਤੇ। ਆਹ ਇੰਡੀਆ ਮੁੰਡਾ ਬਹੁਤ ਸੌਖਾ ਸੀਗਾ, ਇੱਥੇ ਆ ਕੇ ਤਾਂ ਪਛਤਾਉਂਦਾ ਯਾਰ ਕੀ ਹਾਲ ਬਣਿਆ ਹੁਣ ਇਹਦਾ, ਅਤੇ ਵੀ ਕੰਧਾਂ ਨੂੰ ਹੱਥੀ ਲਾਉਂਦਾ ਕਿ ਅੱਗੇ ਤੋਂ ਨਹੀਂ ਬਾਹਰ ਦਾ ਨਾਂ ਲੈਣਾ ਕਦੀ, ਬਸ ਥੋੜ੍ਹਾ ਟਾਈਮ ਲਾ ਕੇ ਮੁੜ ਜਾਣਾ। 10ਵੇਂ ਵੀ ਖੁੱਲ੍ਹੇ ਆ ਮੁੰਡੇ ਦੇ, ਚੈੱਕ ਕਰ ਲਓ ਹੁਣ ਕੰਨਾਂ ਨੂੰ ਹੱਥ ਲੱਗ ਗਏ ਆ, ਬਾਲ ਵੀ ਨੇ ਪੂਰੇ ਹੋਮਲੈਸ ਵਾਂਗੂ ਹੀ ਹੋਏ ਆ। ਟੈਚੀ ਹੁਣ ਆਪਾਂ ਇੱਥੇ ਰੱਖਦੇ ਹਾਂ, ਅਤੇ ਮੁੰਡੇ ਨੇ ਜੇ ਹੋਰ 2 ਟੈਚੀ ਲਿਆਉਣੇ ਆ, ਸੋ ਹੁਣ ਇਹ ਆਪਾਂ ਘਰ ਨੂੰ ਜਾਊਗਾ, ਅਤੇ ਉਹ ਤੋਂ ਬਾਅਦ ਟੈਚੀ ਲੈ ਕੇ ਆਊਗਾ, ਫਿਰ ਅਗਲੀ ਕਹਾਣੀ ਤੁਹਾਨੂੰ ਦੱਸਦੇ ਹਾਂ ਕੀ ਬਣਦਾ ਇੱਥੇ। ਤੁਸੀਂ ਫੁੱਲ ਵਲੋਗ ਦੇਖਿਓ ਠੀਕ ਹੈ ਐਂਡ ਤੱਕ। ਮੁੰਡੇ 'ਤੇ ਟੈਚੀ ਲਾ ਕੇ ਮੈਂ ਆਪਣੇ ਘਰ ਪਹੁੰਚ ਚੱਲਾਂ ਬੱਸ 'ਤੇ, ਲੋਕ ਮੁੰਨੇ ਪੁੱਛੀ ਜਾਂਦੇ ਕਿ ਨਵੇਂ ਆਏ ਹੋ ਕਿ ਰੂਮ ਹੈ ਨਹੀਂ ਤੁਹਾਡੇ ਕੋਲ, ਮੈਂ ਕਿਹਾ ਮੇਰੇ ਤੋਂ ਤਾਂ ਹੈਗਾ, ਮੇਰੇ ਨਾਲ ਦੇ ਕੋਈ ਹੈ ਨਹੀਂ, ਅਤੇ ਟੈਚੀ ਰੇੜ ਕੇ ਲਿਆਉਣਾ ਕਿਹੜਾ ਸੌਖਾ ਪਿਆ ਆ, 15 ਮਿੰਟ ਹੋ ਗਏ ਤੁਰ ਕੇ ਲਿਆਉਂਦੇ ਇਹਨੂੰ, ਅਤੇ ਕਦੀ ਟਾਇਰ ਕਿਸੇ ਵਿੱਚ ਫਸ ਜਾ ਅਤੇ ਕਦੀ ਕਿਸੇ ਵਿੱਚ ਫਸਦੇ ਆ, ਅਤੇ ਬਸ ਆਹ ਵੀ ਚੜ ਗਿਆ ਹੁਣ ਤੁਰ ਕੇ ਆਉਂਦੇ ਆ, ਉਹ ਵੀ ਟੈਚੀ ਸਮਾਨ ਵੀ ਪਤਾ ਨਹੀਂ ਕੀ ਪਾਇਆ ਮੁੰਡੇ ਨੇ, ਉਹ ਗਿਆ ਹੋਰ ਟੈਚੀ ਲੈਣ, ਅਤੇ ਆਪਾਂ ਵੀ ਆਪਣੇ ਘਰ ਪਹੁੰਚ ਗਏ, ਬਸ ਮੁੰਡੇ ਦਾ ਟੈਚੀ ਰੱਖੀਏ, ਅਤੇ ਫਿਰ ਅਗਲੀ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਅਤੇ ਜੇ ਮੁੰਡਾ ਆਉਂਦਾ ਆ ਤਾਂ ਫਿਰ ਤੁਹਾਨੂੰ ਉਹਦਾ ਫਿਰ ਗੱਲਬਾਤ ਕਰਾਉਂਦੇ ਹਾਂ। ਸੁਬਾਹ ਆ ਗਿਆ ਆਪਣਾ ਘਰ, ਅਤੇ ਇੱਥੇ ਟੈਚੀ ਰੱਖਦੇ ਮੁੰਡੇ ਦੇ। ਲੋ ਵੀ ਰਾਤ ਦੇ 11:30 ਹੋ ਗਿਆ, ਅਤੇ ਮੁੰਡਾ ਆ ਗਿਆ ਕੰਮ ਤੋਂ, ਅਤੇ ਰੂਮ ਆਪਾਂ ਇਹਨੂੰ ਲੱਭਤਾ ਆ। ਹਾਂਜੀ ਲੱਭਤਾ ਬਾਈ ਤੁਹਾਨੂੰ ਰੂਮ? ਹਾਂਜੀ ਬਾਈ ਜੀ, ਜੇ ਵੀ ਇੱਦਾਂ ਤੁਸੀਂ ਨੰਬਰ ਦਿੱਤਾ ਸੀ ਉਹਨਾਂ ਨੇ ਮੈਨੂੰ ਰੂਮ ਦਿਲਵਾ ਦਿੱਤਾ ਵਾ ਜੀ। ਠੀਕ ਆ ਜੀ, ਅਤੇ ਜੀ ਰੂਮ ਆਪਾਂ ਲੱਭਤਾ ਆ, ਅਤੇ ਹੁਣ ਰਾਤ ਦੇ ਹੋ ਗਿਆ 11:30, ਅਤੇ ਸਵੇਰੇ ਆਪਾਂ ਉੱਠ ਕੇ 5:30 ਕੰਮ 'ਤੇ ਵੀ ਜਾਣਾ ਆ, ਸੋ ਸਵੇਰ ਦੇ ਧੱਕੇ ਖਾਣ ਲੱਗੇ ਹਾਂ ਰੂਮ ਕਰਕੇ, ਪਰ ਫਾਈਨਲੀ ਇੰਤਜ਼ਾਮ ਕਰਤਾ ਆ, ਅਤੇ ਅੱਜ ਆਪਣਾ ਯਾਰ ਆਊਗਾ ਆਪਣੇ ਘਰ, ਅਤੇ ਅੱਜ ਇਹਨੂੰ ਆਪਣੇ ਨਾਲ ਸੁਣਾਉਂਦੇ ਹਾਂ, ਅਤੇ ਸਵੇਰੇ ਇਹਦਾ ਆਪਾਂ ਸਮਾਨ ਸ਼ਿਫਟ ਕਰ ਦੇਣਾ ਆ, ਅਤੇ ਜਿਹੜਾ ਇਹਦਾ ਨਵਾਂ ਰੂਮ ਲੱਭਿਆ ਆ। ਸੋ ਇਹ ਸੀ ਜੀ ਅੱਜ ਦਾ ਵਲੋਗ, ਛੋਟਾ ਜਿਹਾ ਤੁਹਾਨੂੰ ਦੱਸਿਆ ਕਿੱਦਾਂ ਰੋਡ ਤੋਂ ਧੱਕੇ ਖਾਂਦੇ ਖਾਂਦੇ ਰੂਮ ਮਿਲਦੇ ਇੱਥੇ, ਕਈਆਂ ਨਾਲ ਬਹੁਤ ਹੁੰਦਾ ਸਟੂਡੈਂਟਸ ਨਾਲ, ਅਤੇ ਰਿਐਲਿਟੀ ਵੀ ਆ, ਪਰ ਚਲੋ ਹੈਲਪ ਹੋ ਜਾਂਦੀ ਕਈ ਵਾਰੀ, ਅਤੇ ਆਪਾਂ ਕੀਤੀ ਸਾਤੋਂ ਜੀ ਨਹੀਂ ਹੋਈ, ਅਤੇ ਚਲੋ ਜੀ ਮਿਲਦੇ ਹੁਣ ਨੈਕਸਟ ਵਲੋਗ ਵਿੱਚ, ਮੁੰਡੇ ਦੀ ਇੰਟਰਵਿਊ ਵੀ ਲਵਾਂਗੇ 8 ਮਹੀਨਿਆਂ ਦੀ, ਇਹਦਾ ਸਾਰਾ ਐਕਸਪੀਰੀਅੰਸ ਪੁੱਛਾਂਗੇ। ਸੋ ਹੁਣ ਸੋਈਏ ਅਤੇ ਸਵੇਰੇ ਕੰਮ ਕਰਦੇ ਜਾਣਾ। ਓਕੇ ਜੀ, ਬਾਏ ਬਾਏ, ਮਿਲਦੇ ਨੈਕਸਟ ਵਲੋਗਾਂ ਵਿੱਚ।